ਵੈਲਕਮ। ਹਾਂਜੀ ਆ ਦੇਖੋ ਜੀ, ਸ਼ਾਮ ਪੈ ਗਈ ਆ। ਓ ਗੱਡੀ ਨਜ਼ਰ ਆਉਣ ਡਈ ਨਰਸਰੀ 'ਚ। ਉਹ ਹੁਣ ਡਏ ਆ ਇਸ ਟਾਈਮ ਨਾ ਸਹੀ ਕਰਨ, ਕਿਆਰੀਆਂ ਤਿਆਰ ਕਰਨ ਦਾ। ਇਹ ਉੱਥੇ ਦੁਬਾਰੇ ਨਰਸਰੀ ਤਿਆਰ ਕਰਨ ਲੱਗੇ ਆ, ਜਿਹੜੀ ਪਹਿਲੇ ਵਾਲੇ ਸੀ ਹੁਣ ਪੱਟ ਕੇ ਉਹਨਾਂ ਨੇ ਪੌਦੇ ਵੇਚ ਦਿੱਤੇ ਆ। ਉਹ ਲੋਕਾਂ ਨੂੰ ਲਾ ਦਿੱਤੇ ਆ, ਲੋਕ ਕਣਕਾਂ ਦੇ ਵਿੱਚ ਬਾਗ ਲਾ ਰਹੇ ਆ। ਅਤੇ ਉਹਨਾਂ ਜਗ੍ਹਾ ਵਿਹਲੀ ਹੋ ਗਈ, ਹੁਣ ਵਾਹ ਕੇ ਫਿਰ ਤਿਆਰ ਕਰ ਰਹੇ ਆ। ਬਾਕੀ ਮੈਂ ਸੀਗੀ ਤਵੀ ਕੋਲ, ਮੈਂ ਹੁਣ ਜਾ ਰਹੀ ਹਾਂ ਘਰ। ਦੇਖੋ ਮੈਂ ਹੁਣ ਆ ਗਈ ਹਾਂ ਘਰ, ਹਾਂਡੀ ਪੱਕਦੀ ਪਈ ਸੀ, ਆਪ ਮੈਂ ਘਰ ਆਈ ਹਾਂ ਹੁਣ। ਮੈਂ ਕਿ ਤਵੀ 'ਤੇ ਸੀ। ਇਸ ਟਾਈਮ ਬਾਹਰ ਰਹਿਣ ਦਾ ਬਹੁਤ ਮਜ਼ਾ ਆਉਂਦਾ ਵਾ। ਦਾਲ ਰੈਡੀ ਹੋ ਚੱਲੀ ਆ, ਬਸ ਹੁਣ ਗਰਮ ਮਸਾਲਾ ਪਾਉਣਾ ਅਤੇ ਧਨੀਆ। ਬਾਕੀ ਕਮੈਂਟ 'ਚ ਦੱਸਿਆ ਕਰੋ ਮੂੰਗੀ ਮਸਰਾਂ ਦੀ ਦਾਲ ਕਿਹਨੂੰ ਕਿਹਨੂੰ ਪਸੰਦ ਆ, ਦੱਸਿਓ ਫਿਰ। ਮੈਂ ਹੁਣ ਫਿਰ ਉੱਥੇ ਚੱਲੀ ਤਵੀ 'ਤੇ। ਬਾਹਰ ਇਸ ਟਾਈਮ ਬਹਿਣ ਦਾ ਆਪਣਾ ਹੀ ਮਜ਼ਾ ਵਾ। ਜਦੋਂ ਇੱਕ ਜਗ੍ਹਾ 'ਤੇ ਰਹਿ ਰਹਿ ਕੇ ਬੰਦਾ ਬੋਰ ਹੋ ਜਾਂਦਾ ਨਾ, ਅਤੇ ਉਹਨੂੰ ਫਿਰ ਬਾਹਰ ਦੀ ਦੁਨੀਆ ਅੱਛੀ ਲੱਗਦੀ ਹੈ, ਬਾਹਰ ਦਾ ਵਿਊ ਅੱਛਾ ਲੱਗਦਾ ਵਾ। ਮੇਰਾ ਮੋਬਾਈਲ ਨਹੀਂ ਸਹੀ ਹੈਗਾ ਅਤੇ ਇਸ ਕਰਕੇ ਫਿਰ ਵੀਡੀਓ ਇੱਦਾਂ ਦੀ ਆ ਗੁਜ਼ਾਰੇ ਲੈ ਕੇ।